Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਮੈਂ ਕਿਹਾ ਨਾ ਤੁਹਾਨੂੰ, ਮੈਂ ਕੁਝ ਨਹੀਂ ਕਰ ਸਕਦੀ। ਤੁਸੀਂ ਇੱਥੇ ਬੈਠ ਜਾਓ, ਜਦੋਂ ਵੱਡੇ ਡਾਕਟਰ ਸਾਹਿਬ ਆਉਣਗੇ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ। ਹੈਲੋ, ਪੁਲਿਸ ਸਟੇਸ਼ਨ ਤੋਂ ਬੋਲ ਰਹੇ ਹੋ? ਜੀ, ਮੈਂ ਸਿਟੀ ਹੌਸਪੀਟਲ ਤੋਂ ਬੋਲ ਰਹੀ ਹਾਂ। ਹਾਂਜੀ, ਉਹ ਵਰਮਾ ਫੈਮਿਲੀ ਦਾ ਜੋ ਫੂਡ ਪੁਆਇਜ਼ਨਿੰਗ ਦਾ ਕੇਸ ਆਇਆ ਸੀ ਨਾ, ਉਹ ਮਠਾਈ ਦੀ ਦੁਕਾਨ ਵਾਲੀ ਕੁੜੀ ਇੱਥੇ ਆਈ ਹੈ। ਹਾਂਜੀ, ਮੈਂ ਉਹਨਾਂ ਨੂੰ ਨਾ ਬੈਠਣ ਲਈ ਕਹਿਤਾ, ਤੁਸੀਂ ਛੇਤੀ ਇੱਥੇ ਆ ਜਾਓ। ਜੀ ਜੀ, ਬਾਏ ਦ ਵੇ, ਅਸੀਂ ਜਾ ਕਿੱਥੇ ਰਹੇ ਹਾਂ ਰਣਵੀਰ? ਰੀਤ, ਇਸ ਇੰਸੀਡੈਂਟ ਨੇ ਨਾ ਮੇਰਾ ਦਿਮਾਗ ਇੰਨਾ ਖਰਾਬ ਕਰ ਦਿੱਤਾ ਕਿ ਮੈਨੂੰ ਨਾ ਚਾਚਾ ਜੀ ਨੂੰ ਕਾਲ ਕਰਕੇ ਪੁੱਛਣਾ ਚਾਹੀਦਾ। ਰੀਤ ਪੱਕਾ ਉੱਥੇ ਹੋਏਗੀ। ਹੈਲੋ, ਹਾਂਜੀ ਚਾਚਾ ਜੀ, ਰੀਤ ਉੱਧਰ ਹੈ ਤੁਹਾਡੇ ਵੱਲ? ਓਕੇ ਓਕੇ ਚਾਚਾ ਜੀ। ਕੀ ਹੋਇਆ ਉੱਥੇ ਹੀ? ਉਹ ਮਿਲ ਗਈ? ਨਹੀਂ, ਸ਼ੀ ਇਜ਼ ਨੋਟ ਦੇਅਰ। ਤੇ ਸਰੋਜ ਮੰਮੀ ਜੀ ਵੀ ਘਰ ਨਹੀਂ ਹੈਗੇ, ਉਹ ਬੌਬੀ ਦੇ ਨਾਲ ਕਿੱਥੇ ਗਏ ਆ ਕਿਸੇ ਮੇਲੇ ਤੇ, ਤੇ ਉੱਥੋਂ ਦੀ ਲੇਟ ਆਣਗੇ। ਤੁਸੀਂ ਇੱਥੇ ਹੀ ਬੈਠ ਜਾਓ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਦੇਖਦੀ ਹਾਂ। ਪਰ ਮੈਡਮ ਜੀ, ਇੱਕ ਵਾਰੀ ਤੁਸੀਂ ਰੀਤ ਨੂੰ ਲੋ। ਹਾਂਜੀ, ਮੈਂ ਹੀ ਰੀਤ ਹਾਂ। ਤੁਹਾਨੂੰ ਸਾਡੇ ਨਾਲ ਥਾਣੇ ਜਾਣਾ ਪਵੇਗਾ। ਜੀ, ਮੈਂ ਤਾਂ ਆਪ ਹੀ ਆ ਰਹੀ ਸੀ ਤੁਹਾਡੇ ਕੋਲ ਇੱਥੋਂ ਹੋ ਕੇ। ਚਲੋ ਜਲਦੀ ਚਲੋ। ਸਿਸਟਰ, ਸਿਸਟਰ, ਡਾਕਟਰ! ਵੈਸੇ ਰਣਵੀਰ, ਇਹ ਬੌਬੀ ਅੱਜ ਕੱਲ੍ਹ ਰੀਤ ਦੇ ਅੱਗੇ ਪਿੱਛੇ ਕੁਛ ਜ਼ਿਆਦਾ ਹੀ ਨਹੀਂ ਘੁੰਮ ਰਿਹਾ? ਕਿਤੇ ਹੁਣ ਵੀ ਉਹਦੇ ਨਾਲ ਹੀ ਨਾ ਹੋਵੇ ਰੀਤ? ਨਹੀਂ, ਨੋਟ ਐਟ ਆਲ। ਰੀਤ ਭਾਵੇਂ ਕਿਤੇ ਵੀ ਹੋਵੇ, ਉਹ ਬੌਬੀ ਦੇ ਨਾਲ ਨਹੀਂ ਹੋਏਗੀ। ਆਈ ਨੋ ਦਿਸ। ਯੂ ਨੋ, ਉਦਾਂ ਹੀ ਜਿੱਦਾਂ ਤੈਨੂੰ ਇਹ ਵੀ ਪਤਾ ਸੀ ਕਿ ਰੀਤ ਨੇ ਆਪਣੀ ਦੁਕਾਨ ਵਿੱਚ ਮਿਠਾਈ ਬਣਾਉਂਦਿਆਂ ਉਹਦੇ ਵਿੱਚ ਪਤਾ ਨਹੀਂ ਕੀ ਰਲਾਤਾ, ਜੋ ਖਾ ਕੇ ਉਹਦੇ ਗਾਹਕਾਂ ਨੂੰ ਫੂਡ ਪੋਇਜ਼ਨਿੰਗ ਹੋ ਗਈ ਹੈ। ਰਣਵੀਰ, ਤੂੰ ਸੋਚਿਆ ਜੇ ਕੁਛ ਹੋ ਜਾਂਦਾ, ਕੋਈ ਮਰ ਮੁਰ ਜਾਂਦਾ, ਫਿਰ ਕੀ ਹੁੰਦਾ? ਸ਼ਨੈ, ਤੂੰ ਇੰਨੀ ਕੈਜੂਅਲੀ ਗੱਲਾਂ ਕਿੱਦਾਂ ਕਰ ਸਕਦੀ? ਜੇ ਕੁਛ ਹੋਰ ਨਹੀਂ ਕਰ ਸਕਦੀ ਤਾਂ ਐਟਲੀਸਟ ਇਹ ਦੇਖ ਕਿ ਮੇਰੀ ਤੇ ਰੀਤ ਦੀ ਇਸ ਵੇਲੇ ਸਿਚੁਏਸ਼ਨ ਕੀ ਹੈ। ਸ਼ਨਾਇਆ, ਵੀ ਆਰ ਫਰੈਂਡਸ, ਰਾਈਟ? ਤੇ ਇਸ ਵੇਲੇ ਤੈਨੂੰ ਮੇਰੀ ਹੈਲਪ ਕਰਨੀ ਚਾਹੀਦੀ ਹੈ। ਰਣਵੀਰ, ਮੈਂ ਤੇਰੀ ਹੈਲਪ ਹੀ ਕਰ ਰਹੀ ਹਾਂ, ਸ਼ੁਰੂ ਤੋਂ ਮੈਂ ਤੇਰੀ ਹੈਲਪ ਹੀ ਕਰਦੀ ਆਈ ਹਾਂ। ਬਟ ਮੈਂ ਥੋੜ੍ਹੀ ਪ੍ਰੈਕਟੀਕਲ ਹਾਂ ਰਣਵੀਰ। ਤੂੰ ਆਪ ਸੋਚ, ਜਦੋਂ ਦੀ ਇਹ ਰੀਤ ਤੇਰੀ ਲਾਈਫ ਵਿੱਚ ਆਈ ਹੈ, ਉਦੋਂ ਤੋਂ ਹੀ ਇਹਨੇ ਬਸ ਤੈਨੂੰ ਮੁਸੀਬਤ ਵਿੱਚ ਫਸਾਉਣ ਤੇ ਤੇਰੀ ਬੇਇੱਜ਼ਤੀ ਕਰਾਉਣ ਤੋਂ ਇਲਾਵਾ ਕੀਤਾ ਹੀ ਕੀ ਹੈ? ਹੁਣ ਵੀ ਇਹੀ ਕਰ ਰਹੀ ਹੈ ਇਹ।
ਹਾਂ ਬਸ ਇਸ ਵਾਰੀ ਥੋੜਾ ਜ਼ਿਆਦਾ ਹੀ ਹੋ ਗਿਆ ਨਾ। ਹਾਂ ਵੈਸੇ ਕੌੜਾ ਹੀ ਹੋਣਾ ਨਾ ਬੰਦੇ ਨੇ, ਜਦ ਸਵੇਰੇ ਉੱਠ ਕੇ ਉਹਨੇ ਉਹ ਫਿੱਕੀ ਜੀ ਗ੍ਰੀਨ ਟੀ ਪੀਣੀ, ਉਹ ਵੀ ਬਿਨਾਂ ਦੁੱਧ ਵਾਲੀ। ਜ਼ਾਹਿਰ ਜੀ ਗੱਲ ਹੈ, ਕੌੜੇ ਕਰੇਲੇ ਉਗੜੇ ਨਾ ਉਸ ਫੋਕੇ ਪਾਣੀ ਨਾਲ ਤੋਂ। ਦੇਖਿਆ ਮੈਂ ਤੁਹਾਨੂੰ ਕਿਹਾ ਸੀ। ਹਰੀ ਤੇਰੀ ਚੁੰਨੀ ਰਾਈਟ, ਬਹੁਤ ਟਫ ਸਿਚੁਏਸ਼ਨ ਫੇਸ ਕੀਤੀ ਹੈ ਮੈਂ ਉਹਦੇ ਕਰਕੇ। ਸ਼ੀ ਇਜ਼ ਡਿਫੀਕਲਟ, ਪਤਾ ਨਹੀਂ ਕੀ ਕੁਛ ਚੱਲਦਾ ਰਹਿੰਦਾ ਉਹਦੇ ਮਾਇੰਡ ਦੇ ਵਿੱਚ। ਤੂੰ ਤਾਂ ਇੱਦਾਂ ਕਹਿ ਰਿਹਾ ਜਿਵੇਂ ਇਹ ਬੜੀ ਚੰਗੀ ਗੱਲ ਹੋਵੇ। I have to find her. But ਇਸ ਵੇਲੇ ਕਿੱਥੇ ਹੋਏਗੀ ਉਹ? ਪੁਲਿਸ ਨਾਲ ਵੀ ਗੱਲ ਕੀਤੀ ਹੈ, ਜਿੱਥੇ ਕੀ ਨਜ਼ਰ ਆ ਰਿਹਾ ਹੈ ਪੁਲਿਸ ਹਜੇ ਵੀ ਉਹਦੇ ਨਾਲ ਪੁੱਛਗਿੱਛ ਕਰ ਰਹੀ ਹੈ। ਇਹ ਕੁੜੀ ਹਾਰ ਨਹੀਂ ਮੰਨਦੀ ਇੰਨੀ ਛੇਤੀ, ਨੱਕ ਤੱਕ ਪਾਣੀ ਚ ਡੁੱਬੀ ਪਈ ਹੈ ਫਿਰ ਵੀ ਹੱਥ ਪੈਰ ਮਾਰਨੋਂ ਨਹੀਂ ਹਟਦੀ। ਤੁਸੀਂ ਕਦੋਂ ਤੱਕ ਆਓਗੇ ਚੈਕਿੰਗ ਕਰਨ ਵਾਸਤੇ? ਜੀ ਮੈਂ ਚਾਹੁੰਦੀ ਹਾਂ ਕਿ ਹੈਲਥ ਇੰਸਪੈਕਟਰ ਛੇਤੀ ਤੋਂ ਛੇਤੀ ਮੇਰੀ ਦੁਕਾਨ 'ਚ ਚੈਕਿੰਗ ਕਰਨ ਲਈ ਆ ਜਾਣ। ਉਦੋਂ ਤੱਕ ਮੈਂ ਉੱਥੇ ਹੀ ਰਹਾਂਗੀ, ਮੈਂ ਕਿਤੇ ਨਹੀਂ ਜਾਵਾਂਗੀ। ਤੁਸੀਂ ਹੁਣ ਘਰ ਜਾ ਸਕਦੇ ਹੋ, ਕੁਛ ਕੁਛ ਕਰਨੀ ਸੀ ਤੁਹਾਡੇ ਕੋਲੋਂ ਅਸੀਂ ਕਰ ਲਈਏ। ਉੱਦਾਂ ਵੀ ਇੱਥੇ ਸਾਰੇ ਕੰਮ ਰਾਤੋਂ ਰਾਤ ਨਹੀਂ ਹੁੰਦੇ, ਇੱਦਾਂ ਦੇ ਕੰਮ ਨੂੰ ਟਾਈਮ ਲੱਗਦਾ। ਟਾਈਮ ਹੀ ਤਾਂ ਹੈਗਾ ਨਹੀਂ ਜੀ ਮੇਰੇ ਕੋਲ, ਮੈਂ ਪੈਸੇ ਕਮਾਉਣੇ ਆ ਤੇ ਉਹ ਤੋਂ ਬਾਅਦ ਮੈਂ ਮਰੀਜ਼ਾਂ ਦੇ ਇਲਾਜ ਦਾ ਖਰਚਾ ਵੀ ਮੁਕਾਉਣਾ। ਜੇ ਤੁਸੀਂ ਇੱਦਾਂ ਕੀਤਾ ਤਾਂ ਇਹਦਾ ਇੱਕੋ ਹੀ ਮਤਲਬ ਹੈ ਕਿ ਤੁਸੀਂ ਹੀ ਅਪਰਾਧੀ ਹੋ, ਤੇ ਫਿਰ ਵੀ ਚੁੱਕੋਗੇ ਤੁਸੀਂ ਇਲਾਜ ਦਾ ਖਰਚਾ? ਬਿਲਕੁਲ ਸਰ ਜੀ, ਮੈਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦੀ। ਮੈਂ ਉਦੋਂ ਤੱਕ ਆਪਣੇ ਘਰ ਵਾਪਿਸ ਨਹੀਂ ਜਾਵਾਂਗੀ ਜਦੋਂ ਤੱਕ ਹੈਲਥ ਇੰਸਪੈਕਟਰ ਮੇਰੀ ਦੁਕਾਨ 'ਤੇ ਚੈਕਿੰਗ ਕਰਕੇ ਮੈਨੂੰ ਦੁਕਾਨ ਚਲਾਉਣ ਦੀ ਇਜਾਜ਼ਤ ਨਹੀਂ ਦੇ ਦਿੰਦੇ।
ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।